ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਜਦੋਂ ਕੋਈ ਪੰਜਾਬੀ ਪੰਜਾਬੀ ਨੂੰ ਦੇਖਦਾ ਹੈ ਤਾਂ ਉਹਦੇ ਲਈ ਦੇਸੀ ਸ਼ਬਦ ਵਰਤ ਰਹੇ ਨੇ ਵੀ ਜਿੱਦਾਂ ਮੈਂ ਦੇਸੀ ਕੋਲ ਕੰਮ ਕਰਦਾ ਜਾਂ ਦੇਸੀ ਨੇ ਪੈਸੇ ਹੀ ਮਾਰ ਲਏ ਜਾਂ ਦੇਸੀ ਨੇ ਪੀ ਆਰ ਕਰਾਈ। ਉਸੇ ਤਰੀਕੇ ਨਾਲ ਯੂਰਪ ਦੇ ਵਿੱਚ ਇਟਲੀ ਵਾਲੀ ਸਾਈਡ ਦੇ ਉੱਤੇ ਭੇਡੂ ਕਹਿੰਦੇ ਨੇ। ਭੇਡੂ ਇਸ ਲਈ ਕਹਿੰਦੇ ਨੇ ਵੀ ਹੋ ਸਕਦਾ ਸਾਡੇ ਬੰਦੇ ਖੇਤਾਂ 'ਚ ਕੰਮ ਜ਼ਿਆਦਾ ਕਰਦੇ ਨੇ ਤਾਂ ਕਰਕੇ ਉਹਨਾਂ ਨੂੰ ਭੇਡੂ ਕਹਿੰਦੇ ਆ। ਕਹਿਣਾ ਕਹਿੰਦੇ ਕੀ ਨੇ, ਇਹ ਇੰਨਾ ਮੈਟਰ ਨਹੀਂ ਕਰਦਾ ਹੈਗਾ ਜਿੰਨਾ ਇਹ ਮੈਟਰ ਕਰਦਾ ਹੈ ਕਿ ਜੇ ਉਹ ਜੋ ਕੁਛ ਕਹਿ ਰਹੇ ਨੇ ਕੀ ਅਸੀਂ ਉਹਦੇ 'ਤੇ ਕਿਤੇ ਖਰੇ ਤਾਂ ਨਹੀਂ ਉਤਰਦੇ ਹੈਗੇ। ਹੁਣ ਇਹ ਬੰਦਾ ਆਪਣੇ ਆਪ ਨੂੰ ਬਲੌਗਰਾਂ ਦੀ ਕੁੱਤੇ ਖਾਣੀ ਕਰਨ ਵਾਲਾ ਕਹਿੰਦਾ ਆ। ਜਿਸ ਤਰੀਕੇ ਦੇ ਨਾਲ ਇਹਦੀਆਂ ਹਰਕਤਾਂ ਹੈਗੀਆਂ ਉਹ ਤੋਂ ਲੱਗਦਾ ਵੀ ਸੱਚੀ ਇਟਲੀ ਦੇ ਵਿੱਚ ਭੇਡੂ ਹੀ ਰਹਿੰਦੇ ਆ, ਵੀ ਜਿੱਦਾਂ ਜਿੱਦਾਂ ਇਹਦੇ ਦਿਮਾਗ ਨੂੰ ਸੰਨ ਪੁਣਾ ਚੜਿਆ ਹੋਏ ਆ ਕਰਕੇ ਕੋਈ ਸਸਤੇ ਜਿਹੇ ਨਸ਼ੇ 'ਤੇ ਕੈਮਰੇ ਦੇ ਮੂਹਰੇ ਬੈਠ ਕੇ ਅਤੇ ਜੁੱਤੀ ਲਾ ਕੇ ਅਤੇ ਦੇ ਤਰੇ ਦੀ ਟੇਬਲ ਲੱਗਿਆ ਹੁੰਦਾ ਕੁੱਟਣ 'ਤੇ ਆਪਣੇ ਆਪ ਨੂੰ ਬਲੌਗਰਾਂ ਦੀ ਕੁੱਤੇ ਖਾਣੀ ਕਰਨ ਨੂੰ ਕਹਿੰਦਾ ਆ। ਇਹ ਕਹਿੰਦਾ ਕਿ ਸਮਾਜ ਦੇ ਵਿੱਚ ਨਾ ਬਲੌਗਰਾਂ ਨੇ ਗੰਦ ਪਾਇਆ ਹੋਇਆ ਅਤੇ ਆਪ ਮਾਂ ਭੈਣ ਦੀ ਗਾਲ ਤੋਂ ਥੱਲੇ ਗੱਲ ਨਹੀਂ ਕਰਦਾ ਹੈਗਾ, ਵੀ ਹੁਣ ਸਮਝ ਨਹੀਂ ਆ ਰਹੀ ਵੀ ਗੰਦ ਉਹਨਾਂ ਨੇ ਪਾਇਆ ਗੰਦ ਤੂੰ ਪਾਇਆ ਹੋਇਆ ਆ। ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਜਾਂ ਆਲੋਚਕ ਬਣਨਾ ਕੋਈ ਮਾੜੀ ਗੱਲ ਨਹੀਂ ਹੈਗੀ, ਸਾਡੇ ਵਿਚਾਰ ਅਲੱਗ ਅਲੱਗ ਹੋ ਸਕਦੇ ਆ ਅਤੇ ਸਾਡਾ ਹੋਣਾ ਕੀ ਆ ਜੇ ਅਸੀਂ ਕਿਸੇ ਦੀ ਆਲੋਚਨਾ ਨਾ ਕਰੀਏ, ਪਰ ਆਪਣੀ ਭਾਸ਼ਾ ਨੂੰ ਗਲਤ ਵਰਤਣਾ ਇਹ ਵੀ ਕਿੰਨਾ ਕਿਤੇ ਸਹੀ ਆ। ਇਹਦੀਆਂ ਹਰਕਤਾਂ ਨੂੰ ਅਤੇ ਇਹਦਾ ਸਨਕਪੁਣਾ ਦੇਖ ਕੇ ਤਾਂ ਲੱਗਦਾ ਵੀ ਸੱਚੀ ਇਟਲੀ ਦੇ ਵਿੱਚ ਭੇਡੂ ਹੀ ਰਹਿੰਦੇ ਆ, ਅਤੇ ਉਹੋ ਜਿਹੇ ਭੇਡੂ ਇਹਦੇ ਸਪੋਰਟਰ ਹੈਗੇ ਆ ਜਿਹੜੇ ਇਹਨੂੰ ਜਾ ਕੇ ਕਹਿੰਦੇ ਪਏ ਵੀ ਵਾਹ ਵੀ ਬੜੀ ਵਧੀਆ ਗੱਲ ਕੰਮ ਕਰਦਾ ਪਿਆ, ਬਹੁਤ ਵਧੀਆ ਕੰਮ ਕਰਦਾ ਪਿਆ ਆ। ਇਤਿਹਾਸ ਕਹਿੰਦਾ ਵੀ ਅਸੀਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਂਦੇ ਰਹੇ ਹਾਂ, ਪਰ ਇਹੋ ਜਿਹੀਆਂ ਕੁਜਿਣਸਾਂ ਦੇਖ ਕੇ ਇਤਿਹਾਸ ਦੇ ਉੱਤੇ ਨਿਸ਼ਾਨੀਆਂ ਚਿੰਨ੍ਹ ਜ਼ਰੂਰ ਲੱਗ ਜਾਣਾ ਵੀ ਹੈ ਵੀ ਇਹ ਗੱਲਾਂ ਸੱਚੀਆਂ ਵੀ ਹੈਗੀਆਂ ਕਿ ਐਵੇਂ ਤਾਂ ਨਹੀਂ ਕਿਤੇ ਛੱਡੀਆਂ ਹੋਈਆਂ। ਬਾਕੀ ਆਪਣੀ ਘਰ ਦੀ ਪ੍ਰੋਬਲਮ ਕਰਕੇ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਮਾਂ ਭੈਣ ਇੱਕ ਕਰਨੀ ਇਹ ਦਿਮਾਗੀ ਹਿੱਲੇ ਹੋਏ ਬੰਦਿਆਂ ਦੀ ਨਿਸ਼ਾਨੀ ਆ, ਬਾਕੀ ਤੁਸੀਂ ਆਪੇ ਹੀ ਸਿਆਣੇ ਹੋ। ਧੰਨਵਾਦ ਜੀ।